पीपीसी से प्रधान अमरिंदर सिंह राजा वड़िंग दियाँ अज सवेर तो मीटिंग्स चल रही सी अपने वर्करस के नाल ते बाकी जेड़े होर पंजाब कांग्रेस के नुमाइंदे ने उन्हां दे नाल अज ये मीटिंग है जिहड़ी कीती गई है कि कुछ खास रहा इस मीटिंग दे विच उन्हां तो जाणांगे। पार्टी विरोध गतिविधियां करन वालियां दे खिलाफ राजा अमरिंदर सिंह कार्रवाई होनी चाहिए। ਕਿਹੜੀ ਕਾਰਵਾਈ ਦੀ ਗੱਲ ਕਰ ਰਹੇ ਹੋ? ਜੋਸਿੰਗ ਸਿੱਧੂ ਜਿਹੜੀ ਤੁਸੀਂ ਚਿੱਠੀ ਲਿਖੀ ਹਰੀਸ਼ ਚੌਧਰੀ ਉਹਨਾਂ ਨੂੰ ਔਰ ਹੁਣ ਉਹਨਾਂ ਨੇ ਹਾਈ ਕਮਾਂਡ ਸੋਨੀਆ ਗਾਂਧੀ ਨੂੰ ਚਿੱਠੀ ਲਿਖੀ। ਇਹ ਪਾਰਟੀ ਦਾ ਇੰਟਰਨਲ ਮੈਟਰ ਹੈ। ਕੋਈ ਵੀ ਵਿਅਕਤੀ ਡਿਸਿਪਲਿਨ ਤੋਂ ਉੱਪਰ ਨਹੀਂ ਹੈ। ਇਹ ਸਭ ਤੋਂ ਪਹਿਲਾਂ ਮੇਰੇ 'ਤੇ ਲਾਗੂ ਹੁੰਦਾ। ਸੋ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਗੱਲਬਾਤ ਹੈ ਇਹ ਪਾਰਟੀ ਦਾ ਇੰਟਰਨਲ ਅਤੇ ਇੰਡੀਵਿਜੁਅਲ ਮੈਟਰ ਹੈ। ਮੈਂ ਇਹਦੇ 'ਤੇ ਕੋਈ ਪਬਲਿਕ ਫੋਰਮ ਤੇ ਗੱਲ ਨਹੀਂ ਕਰਨਾ ਚਾਹੁੰਦਾ। ਪਬਲਿਕ ਫੋਰਮ ਚ ਚਿੱਠੀ ਆ ਗਈ ਹੈ, ਹਰੀਸ਼ ਚੌਧਰੀ ਦੀ ਵੀ ਆ ਗਈ ਹੈ, ਤੁਹਾਡੀ ਚਿੱਠੀ ਵੀ ਸਾਹਮਣੇ ਆ ਚੁੱਕੀ ਹੈ। ਮੈਂ ਤੁਹਾਨੂੰ ਇਹ ਗੱਲ ਕਹੀ ਹੈ, ਇਹ ਸ਼੍ਰੀਮਤੀ ਸੋਨੀਆ ਗਾਂਧੀ ਨੇ, ਡਿਸਿਪਲਿਨ ਕਮੇਟੀ ਨੇ ਜਾਂ ਸਾਡਾ ਇੰਟਰਨਲ ਪਾਰਟੀ ਦਾ ਮੈਟਰ ਹੈ। ਇਹਦੇ 'ਤੇ ਕੀ ਕਰਨਾ ਹੈ, ਕੀ ਗੱਲ ਹੈ, ਕੀ ਨਹੀਂ ਹੈ, ਇਹ ਪਾਰਟੀ ਤੈਅ ਕਰੇਗੀ। ਉਹ ਇੰਟਰਨਲ ਮੈਟਰ ਹੈ, ਇਹਦੇ 'ਤੇ ਕੋਈ ਸਿੰਘ ਸਾਹਿਬ ਅਲੱਗ ਤੋਂ ਨੇ ਜਿਹੜੇ ਨਵਜੋਤ ਸਿੰਘ ਸਿੱਧੂ ਖੁਦ ਨੇ ਜਿਹੜੇ ਉਹ ਵੱਖਰੇ ਚੱਲਦੇ ਪਏ ਨੇ ਤੇ ਉਹ ਵੀ। ਮੈਂ ਤੁਹਾਨੂੰ ਪਹਿਲਾਂ ਵੀ ਕਹਿ ਚੁੱਕਿਆ, ਕੋਈ ਵਿਅਕਤੀ ਵੀ ਕੁਛ ਵੀ ਕਰ ਰਿਹਾ ਪਾਰਟੀ ਨੂੰ ਮਜ਼ਬੂਤ ਕਰਨ ਲਈ ਕਰ ਰਿਹਾ ਤਾਂ ਬਹੁਤ ਚੰਗੀ ਗੱਲ ਹੈ। ਅਗਰ ਪਾਰਟੀ ਨੂੰ ਕਮਜ਼ੋਰ ਕਰਨ ਦੀ ਕੋਈ ਵਿਅਕਤੀ ਵੀ ਗੱਲ ਕਰੇਗਾ ਡਿਸਿਪਲਿਨ ਉਹਦੇ ਹਰ ਵਿਅਕਤੀ ਤੇ ਲਾਗੂ। ਨਵਜੋਤ ਸਿੰਘ ਸਿੱਧੂ ਉਹਨਾਂ ਲੀਡਰਸ ਨਾਲ ਮੁਲਾਕਾਤ ਕਰ ਰਹੇ, ਅਮਰੀਕ ਢਿੱਲੋਂ, ਕੇਵਲ ਢਿੱਲੋਂ, ਜਿਨ੍ਹਾਂ ਨੂੰ ਪਾਰਟੀ 'ਚੋਂ ਬਾਹਰ ਕਰ ਦਿੱਤਾ ਗਿਆ, ਤਾਂ ਕੀ ਤੁਹਾਡੀ ਮੰਗ ਹੈਗੀ ਕਿ ਬਾਹਰ ਕੱਢਣਾ ਚਾਹੀਦਾ ਪਾਰਟੀ 'ਚੋਂ ਜਾਂ ਕੋਈ ਐਕਸ਼ਨ ਹੋਣਾ ਚਾਹੀਦਾ? ਮੈਂ ਤੁਹਾਨੂੰ ਦੁਬਾਰਾ ਫਿਰ ਕਹਿਣਾ ਚਾਹੁੰਦਾ ਕਿ ਸ਼੍ਰੀਮਤੀ ਸੋਨੀਆ ਗਾਂਧੀ ਨੇ ਡਿਸਾਈਡ ਕਰਨਾ ਹੈ, ਡਿਸਿਪਲਿਨ ਕਮੇਟੀ ਨੇ ਡਿਸਾਈਡ ਕਰਨਾ ਹੈ। ਪਾਰਟੀ ਦਾ ਇੰਟਰਨਲ ਮੈਟਰ ਹੈ, ਕਿਉਂਕਿ ਡਿਸਿਪਲਿਨ ਮੇਰੇ 'ਤੇ ਵੀ ਲਾਗੂ ਹੁੰਦਾ। ਮੈਨੂੰ ਨਹੀਂ ਲੱਗਦਾ ਕਿ ਮੈਂ ਪਾਰਟੀ ਦੀ ਅੰਦਰੂਨੀ ਗੱਲ ਪਬਲਿਕ ਫੋਰਮ 'ਤੇ ਆ ਕੇ ਮੀਡੀਆ ਦੇ ਸਾਹਮਣੇ ਕਿਸੇ ਵੀ ਪ੍ਰਕਾਰ ਦੀ ਉਹ ਗੱਲ ਕਰਾਂ। ਸਿੱਧੂ ਦੇ ਵੱਲੋਂ ਤਾਂ ਟਵੀਟਸ ਨੇ ਜਿਹੜੇ ਉਹ ਕੀਤੇ ਜਾ ਰਹੇ ਨੇ, ਵੜਿੰਗ ਸਾਹਿਬ ਟਵੀਟ ਕਿਉਂ ਨਹੀਂ ਕਰਦੇ? ਕਾਰਵਾਈ ਹੋਣੀ ਚਾਹੀਦੀ ਹੈ। ਨਵਤੇਜ ਚੀਮਾ ਨੇ ਪ੍ਰੋ ਪੰਜਾਬ ਟੀਵੀ ਦੇ ਉੱਤੇ ਕਿਹਾ ਕਿ ਜਿਹੜੇ ਗੱਡੀਆਂ ਚਲਾਉਂਦੇ ਰਹੇ ਅੱਜ ਉਹੀ ਚਿੱਠੀਆਂ ਲਿਖ ਰਹੇ ਨੇ। ਸੁਰਿੰਦਰ ਡੱਲਾ ਨੇ ਕਿਹਾ ਸਰ, ਮੈਂ ਤੁਹਾਨੂੰ ਫਿਰ ਕਹਿ ਰਿਹਾ ਹਾਂ ਕਿ ਮੈਂ ਕਾਂਗਰਸ ਪਾਰਟੀ ਦਾ ਡਿਸਿਪਲਿਨ ਸਿਪਾਹੀ ਹਾਂ ਅਤੇ ਮੈਂ 3 D's ਦੀ ਗੱਲ ਕਰ ਰਿਹਾ। ਡੀ ਫੋਰ ਡੈਡੀਕੇਸ਼ਨ, ਡੀ ਫੋਰ ਡਿਸਿਪਲਿਨ, ਡੀ ਫੋਰ ਡਾਇਲੋਗ। ਅਗਰ ਰਾਜਾ ਵੜਿੰਗ ਕਿਸੇ ਪ੍ਰਕਾਰ ਦੀ ਟਿੱਪਣੀ, ਕਿਉਂਕਿ ਇਹ ਆਦਤ ਬਣ ਗਈ ਹੈ ਹਰ ਵਿਅਕਤੀ ਨੂੰ, ਇਹ ਆਦਤ ਬਣ ਗਈ ਹੈ, ਜਦੋਂ ਮਰਜ਼ੀ ਉਹ ਟੀ ਵੀ ਦੇ ਸਾਹਮਣੇ ਜਾ ਕੇ ਕਿਸੇ ਵੀ ਪਾਰਟੀ ਦੇ ਵਿਅਕਤੀ 'ਤੇ ਟਿੱਪਾ ਟਿੱਪਣੀ ਕਰ ਸਕਦਾ, ਕਰ ਦਿੰਦਾ ਹੈ, ਇਹ ਬਿਲਕੁਲ ਪਾਰਟੀ ਦੇ ਨਿਯਮਾਂ ਦੇ ਖਿਲਾਫ ਹੈ ਜਿਹੜਾ ਇਸ ਤਰ੍ਹਾਂ ਦੀ ਗੱਲ ਕਰਦਾ ਹੈ। ਮੈਂ ਤੁਹਾਨੂੰ ਕਹਿ ਰਿਹਾ, ਬੇਸ਼ੱਕ ਉਹ ਕਿਸੇ ਦੇ ਚਿੱਠੀ ਦੇ ਖਿਲਾਫ ਹੋਵੇ, ਡਿਸਿਪਲਿਨਰੀ ਐਕਸ਼ਨ ਦੇ ਖਿਲਾਫ ਹੋਵੇ ਗੱਲ, ਪਰ ਇਹ ਪਬਲਿਕ ਫੋਰਮ ਦੀ ਗੱਲ ਨਹੀਂ ਹੈ, ਇਹ ਪਾਰਟੀ ਦਾ ਇੰਟਰਨਲ ਮੈਟਰ ਹੈ। ਬੇਸ਼ੱਕ ਕੋਈ ਤੁਹਾਨੂੰ ਕਿਸੇ ਨੇ ਕਹਿਤਾ, ਕਿਸੇ ਨੇ ਕੋਈ ਬਿਆਨ ਦਿੱਤਾ, ਇਹ ਕੋਈ ਮੈਟਰ ਨਹੀਂ ਕਰਦਾ ਮੇਰੇ ਵਾਸਤੇ, ਲੇਕਿਨ ਮੈਂ ਡਿਸਿਪਲਿਨ ਸਿਪਾਹੀ ਹੋਣ ਦੇ ਨਾਤੇ ਪਾਰਟੀ ਦਾ ਇਹ ਜਿਹੜੀ ਗੱਲ ਹੈ, ਇਹ ਪਾਰਟੀ ਫੋਰਮ 'ਤੇ ਫੈਸਲਾ ਕਰਾਂਗੇ, ਉੱਥੇ ਹੀ ਹੋਏਗਾ। ਤੁਹਾਨੂੰ ਇਸ ਬਾਰੇ ਕੋਈ ਜਾਣਕਾਰੀ ਮੇਰੇ ਵੱਲੋਂ ਨਹੀਂ ਦਿੱਤੀ। ਸਭ ਇਸ ਤਰ੍ਹਾਂ ਪਾਰਟੀ ਕਿਵੇਂ ਇਕਜੁੱਟ ਹੋਏਗੀ? 100% ਜੀ, ਗਵਰਨਰ ਸਾਹਿਬ ਨੇ ਮੇਰੇ ਖਿਆਲ 4 ਵਜੇ ਦਾ ਟਾਈਮ ਦਿੱਤਾ, ਕੱਲ੍ਹ ਹੀ ਤੁਹਾਨੂੰ ਮਸਲਾ ਵੀ ਪਤਾ ਲੱਗ ਜਾਏਗਾ ਕਿ ਮਸਲਾ ਕੀ ਹੈ। ਗਵਰਨਰ ਸਾਹਿਬ ਨੂੰ ਮਿਲਣ ਜਾ, ਕਿਉਂਕਿ ਆਮ ਆਦਮੀ ਪਾਰਟੀ ਕਹਿ ਰਹੀ ਕਿ ਕਾਂਗਰਸ ਔਰ ਅਕਾਲੀ ਦਲ ਹੀ ਇਸ ਦੇ ਉੱਤੇ ਪੋਲਿਟਿਸਾਈਜ਼ੇਸ਼ਨ ਕਰ ਰਿਹਾ ਹੈ, ਇਸ ਮੁੱਦੇ ਨੂੰ ਉਹਨਾਂ ਦੇ ਵੱਲੋਂ ਹੀ। ਮੈਂ ਗਵਰਨਰ ਸਾਹਿਬ ਨੂੰ ਮਿਲਣ ਦਾ ਟਾਈਮ ਲਿਆ ਹੈ, ਕਿਉਂ ਲਿਆ, ਕਿਸ ਕਾਰਨ ਲਿਆ, ਉਲਟਾ ਚੋਰ ਕੋਤਵਾਲ ਕੋ ਡਾਂਟੇ, ਉਹ ਉਲਟਾ ਚੋਰੀ ਉਹ ਨਾਲੇ ਸੀਨਾ ਚੋਰੀ, ਆਪਣੇ ਆਪ ਹੀ ਉਹਨਾਂ ਨੂੰ ਠਣਕ ਰਿਹਾ ਵੀ ਕਿਉਂ ਮਿਲਣ ਜਾ ਰਹੇ। ਹੋ ਸਕਦਾ ਕਿਸੇ ਹੋਰ ਗੱਲ 'ਤੇ ਵੀ ਹੋਵੇ, ਬਟ ਇਹ ਕੱਲ੍ਹ ਹੀ ਗੱਲ ਕਰਾਂਗੇ, ਜਿਹੜੀ ਕੱਲ੍ਹ ਦੀ ਗੱਲ ਹੈ ਉਹ ਕੱਲ੍ਹ ਕਰਾਂਗੇ। ਕਿਸੇ 'ਤੇ ਵੀ ਕਾਰਵਾਈ ਮੇਰੇ 'ਤੇ ਵੀ ਹੋ ਸਕਦੀ ਹੈ ਯਾਰ, ਰਾਜਾ ਵੜਿੰਗ 'ਤੇ ਵੀ ਕਾਰਵਾਈ ਹੋ ਸਕਦੀ ਹੈ। ਜੇ ਮੈਂ ਹੁਣ ਰੋਜ਼ ਤੁਹਾਨੂੰ ਆ ਕੇ ਚਿੱਠੀ ਦੀ ਜਾਣਕਾਰੀ ਜਾਂ ਕਿਸੇ ਗੱਲ ਦੀ ਇਸ ਪਬਲਿਕ ਫੋਰਮ 'ਤੇ ਆ ਕੇ ਕੁਛ ਕਰਾਂਗਾ ਤਾਂ ਮੇਰੇ 'ਤੇ ਵੀ ਕਾਰਵਾਈ ਹੋ ਸਕਦੀ ਹੈ। ਤੁਸੀਂ ਪ੍ਰਧਾਨ ਹੋ, ਤੁਸੀਂ ਪ੍ਰਧਾਨ ਹੋ, ਜ਼ਿੰਮੇਵਾਰੀ ਤੁਹਾਡੇ ਦੇ ਉੱਤੇ। ਮੈਂ ਕੋਈ ਸੋਸ਼ਲ ਚਿੱਠੀ ਨਹੀਂ ਕੀਤੀ ਹੈ ਬ੍ਰਿੰਗ ਸਾਹਿਬ। ਸਵਾਲ ਸੁਣਿਓ, ਤੁਹਾਡੇ ਹੀ ਤੁਸੀਂ ਪ੍ਰਧਾਨ ਹੋ, ਤੁਹਾਡੀ ਹੀ ਪਾਰਟੀ ਦੇ ਲੀਡਰ ਕਹਿ ਰਹੇ ਨੇ ਕਿ ਵਨ ਸਾਈਡਡ ਕਿਉਂ ਕਾਰਵਾਈਆਂ ਹੋ ਰਹੀਆਂ ਨੇ। ਕਹਿੰਦੇ ਰਾਣਾ ਗੁਰਜੀਤ ਨੇ ਆਪਣੇ ਪੁੱਤਰ ਨੂੰ ਆਜ਼ਾਦ ਤੌਰ ਦੇ ਉੱਤੇ ਲੜਵਾਇਆ, ਚਰਨਜੀਤ ਸਿੰਘ ਚੰਨੀ ਨੇ ਆਪਣਾ ਭਰਾ ਖੜਾ ਕੀਤਾ, ਤਾਂ ਕਹਿੰਦੇ ਉਹਨਾਂ 'ਤੇ ਕਾਰਵਾਈਆਂ ਕਿਉਂ ਨਹੀਂ? ਉਹ ਕਹਿੰਦੇ ਕਿ ਇਨਡਿਸਿਪਲਿਨ ਨਹੀਂ ਹੈ ਪਾਰਟੀ 'ਚ। ਸੋ ਮੈਂ ਤੁਹਾਨੂੰ ਫਿਰ ਕਹਿ ਰਿਹਾ, ਮੈਂ ਪ੍ਰਧਾਨ ਜਦੋਂ ਬਣਿਆ ਮੈਂ ਆਪਦੇ ਡਿਸਿਪਲਿਨ ਦੀ ਗੱਲ ਕਰ ਰਿਹਾ। ਮੇਰੀ ਟੈਨਿਊਰ ਦੇ ਦਰਮਿਆਨ ਕਿਸੇ ਪ੍ਰਕਾਰ ਦਾ ਇਨਡਿਸਿਪਲਿਨ ਟੋਲਰੇਟ ਨਹੀਂ ਹੋਏਗਾ, ਪਹਿਲੀ ਗੱਲ। ਹੁਣ ਮੇਰੇ ਤੋਂ ਪਹਿਲਾਂ ਕੀ ਹੋਇਆ, ਤੁਸੀਂ ਫਿਰ ਉਹੀ ਗੱਲ ਕੋਈ ਅੱਜ ਤੋਂ 15 ਸਾਲ ਵਾਲੀ ਪਹਿਲਾਂ ਕੀ ਪੁੱਛ ਲਓ।
वह मैं वह जवाब नहीं दे सकता। मैं आपकी टन्योर के दरम्यान अगर इनडिसिपलिन होएगा और बारे मैं गल कर सकता। मेरी टन्योर तो पहला किसी ने कोई डिसिप्लिन कोई गलती की है ज नहीं की और मैं कि मैं अच्छ किए कर सकता वो पार्टी देखेगी पार्टी थ्री डी की गल कर दें पार्टी का हैगी अपनी है थ्री डी फार्मूला ये तो हर पार्टी का यार फॉर्मूला इस पा इस फॉर्मूले तो बिना तो कामयाब ही नहीं हो सकते। ये तो कांग्रेस का फॉर्मूला है जो कांग्रेस ने मुड़ सत्ता सरकार च वापस आना यह साडा फॉर्मूला है। किसी ने तुम्हें कहा भी ये राजे वड़िंग का फॉर्मूला है 100% प्रशांत किशोर यार कुछ भी ट्वीट कर सकते इंडिपेंडेंट अथॉरिटी है की इतराज है। कोई व्यक्ति अगर प्रशांत को किशोर कोई ट्वीट करता और ये मैं क्यों टिप्पा टिप्पणी करा नहीं आए तो कमाल होगी सानू मैनू की इतराज है। सिद्धू साहब भावे 10 बारी उन्होंने होर वधाइया देन मैनू की इतराज है मैनू किसी गल से इतराज नहीं है भाई। मैं थोनू मैनू बिल्कुल इतराज नहीं है जिससे इतराज होगा वो मैं कांग्रेस पार्टी के सामने रखूंगा तुहाडे सामने नहीं रखूंगा प्रो चैनल के सामने नहीं रखूंगा 100% यार पार्टी का इंटरनल मैटर है। मैं जिम्मेदार कुर्सी पर बैठा मैनू पार्टी ने मैनू कांग्रेस पार्टी का मुखी बना के भेजे है। मैं एक छोटा जा वर्कर नू पंजाब कांग्रेस पार्टी का प्रधान बनाता अगर मैं ही डिसिप्लिन कायम नहीं करांगा तो फिर कौन करेगा। बड़िंग साहब फिर इस तरह पार्टी नू इकट्ठा किद्दां करोगे जे एक एक करके तुहाडे सिपाही खिंड दे जाणगे तां सिपाही खिंड दे जाणगे तां पार्टी नू इकट्ठा किद्दां करांगे। बड़े सिपाही हैगे ने जिहड़े साडे कोल ऑलरेडी सिपाही हैगे आ उहनां नू असीं इकट्ठा कर लिए इन्ना ही बड़ा है ऑलरेडी बहुत ऑलरेडी मगर सिपाही बहुत फौज लगी हुई है चिंता ना करो तुसीं ये चिंता ना करो ਜਿੰਨਿਆਂ ਦੀ ਲੋੜ ਆ ਉਹਨੇ ਇਕੱਠੇ ਕਰ ਲਏ। ਪਾਲੀ ਸਾਹਿਬ ਕਹਿੰਦੇ ਮੈਂ ਤੁਹਾਨੂੰ ਮਿਲ ਕੇ ਗਿਆ ਤੇ ਉਹਨਾਂ ਨੇ ਤੁਹਾਨੂੰ ਚੰਨੀ ਜੀ ਬਾਰੇ ਵੀ ਕਿਹਾ। ਰਾਜਾ ਵੜਿੰਗ ਸਾਡੇ ਨਾਲ ਸੀ ਤੇ ਉਹਨਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਜਿਹੜੀ ਚਿੱਠੀ ਲਿਖੀ ਗਈ ਹੈ ਹਰੀਸ਼ ਚੌਧਰੀ ਦੇ ਵੱਲੋਂ ਉਸ ਤੇ ਕੋਈ ਟਿੱਪਣੀ ਨਹੀਂ ਕੀਤੀ। ਉਹਨਾਂ ਨੇ ਕਿਹਾ ਕਿ ਇਹ ਸਾਡਾ ਇੰਟਰਨਲ ਮੈਟਰ ਹੈ ਤੇ ਇਸ ਦੇ ਬਾਰੇ ਮੈਂ ਕੋਈ ਵੀ ਗੱਲ ਨਹੀਂ ਕਰਨਾ ਚਾਹੁੰਦਾ। ਹਾਲਾਂਕਿ ਕਈ ਗੱਲਾਂ ਤੇ ਉਹ ਬੜੇ ਘੁਮਾਵਦਾਰ ਜਿਹੜੇ ਜਵਾਬ ਨੇ ਉਹ ਦਿੰਦੇ ਨਜ਼ਰ ਆਏ ਨੇ। ਹੁਣ ਦੇਖਣਾ ਹੋਏਗਾ ਕਿ ਹੁਣ ਨਵਜੋਤ ਸਿੰਘ ਸਿੱਧੂ ਦੇ ਹਾਈ ਕਮਾਨ ਕੀ ਕਾਰਵਾਈ ਕਰਦਾ। ਵੀਡੀਓ ਜਰਨਲਿਸਟ ਅਨਿਲ ਨਾਲ ਦੈਨਿਕ ਸਵੇਰਾ ਟੀਵੀ ਦੇ ਲਈ ਚੰਡੀਗੜ੍ਹ ਤੋਂ ਹਰਸਿਮਰਤ ਪਾਲ ਦੀ ਰਿਪੋਰਟ। ऑल वर्ल्ड ओपन चैलेंज 17 टाइम गोल्ड मेडलिस्ट मिया रफीक मोहम्मद पंडित मौलवी बेगम तांत्रिक इन्हां चोरा ठग्गा तो सावधान। स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटिया विच समाधान। फ्री 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 मिया रफीक मोहम्मद मोबाइल 84374 94 46 84374 94 648। ਭਾਰਤ ਦੇ ਨੰਬਰ 1 ਤੰਤਰੀ ਗੁਰੂ ਸ਼ਾਂਜੀ ਬੰਗਾਲੀ ਗੋਲਡ ਮੈਡਲਿਸਟ ਚੌਂਟਾਂ ਸ਼ਕਤੀਆਂ ਦੇ ਮਾਹਿਰ ਬੰਗਾਲ ਤੋਂ ਸਿੱਧੀ ਪ੍ਰਾਪਤ ਹਰ ਜਗ੍ਹਾ ਤੋਂ ਨਿਰਾਸ਼ ਤੇ ਮਯੂਸ ਭੈਣ ਭਰਾ ਇੱਕ ਵਾਰ ਜ਼ਰੂਰ ਫੋਨ ਕਰੋ ਹਰ ਸਮੱਸਿਆ ਦਾ ਹੱਲ ਘਰ ਬੈਠੇ ਫੋਨ ਤੇ। ਮਾਈ ਪ੍ਰੋਮਿਸ 100% ਰਿਜ਼ਲਟ ਲਵ ਮੈਰਿਜ ਸੌਂਕਣ ਦੁਸ਼ਮਣ ਤੋਂ ਛੁਟਕਾਰਾ ਪਤੀ ਪਤਨੀ ਚ ਕਲੇਸ਼ ਕੀਤਾ ਕਰਾਇਆ ਵਿਦੇਸ਼ ਯਾਤਰਾ ਨੌਕਰੀ ਕਾਰੋਬਾਰ ਚ ਪਰੇਸ਼ਾਨੀ ਕੋਰਟ ਕੇਸ ਰੁੱਸੇ ਨੂੰ ਮਨਾਉਣਾ ਹੋਵੇ ਤਾਂ ਹੁਣੇ ਫੋਨ ਕਮਾਓ 101% ਪੱਕਾ ਸਮਾਧਾਨ ਪਾਓ। ਮਾਂ ਵਸ਼ੀਕਰਨ ਤੇ ਮਾਂ ਮੁਟਕਰਨ ਦੇ ਸੁਪਰ ਸਪੈਸ਼ਲਿਸਟ ਗੁਰੂ ਸ਼ਾਂਜੀ ਬੰਗਾਲੀ 9958635478।